ਕਿ ਰਾਮ ਰਹੀਮ ਦੇ ਕਹਿਣ ਤੇ ਮੁਤਾਬਿਕ ਸ਼ਬਦਿਲ ਤੇ ਅਵਤਾਰ ਉਹਨਾਂ ਨੇ ਇਹ ਪਲੈਨਿੰਗ ਮਰਡਰ ਦੀ ਪਲੈਨਿੰਗ ਅਸੀਂ ਗੋਲੀਆਂ ਚਲਾਈਆਂ ਇਹ ਗੱਲ ਹੈ। ਟ੍ਰਾਇਲ ਦੇ ਦੌਰਾਨ ਇੰਦਰ ਸੈਨ ਦੀ ਡੈਥ ਹੋ ਗਈ, ਤਿੰਨ ਦੀ ਡੈਥ ਹੋ ਗਈ, ਤਿੰਨ ਹੁਣ ਅਲਾਈਵ ਨੇ ਜਿਹੜੇ, ਜਿਹਦੇ ਵਿੱਚ ਅਵਤਾਰ ਸਿੰਘ ਤੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਇਹ ਕੌਨਸਪੀਰੇਸੀ ਦੇ ਅਕਿਊਜ਼ਡ ਅਲੈਜ ਕੀਤੇ ਗਏ ਸੀਗੇ। ਇੰਡਿਸਕ੍ਰਿਮਿਨਟਲੀ ਫਾਇਰਿੰਗ ਕਰਦੇ ਰਣਜੀਤ ਤੇ ਜਦੋਂ ਚਾਹ ਦੇਣ ਲਈ ਖੇਤ ਜਾ ਰਿਹਾ ਸੀਗਾ, ਤੇ ਇਹਦੇ ਵਿੱਚ ਚਾਰ ਅਕਿਊਜ਼ਡ ਅਲੈਜ ਕੀਤੇ, ਚਾਰ ਵੈਪਨ ਅਲੈਜ ਕੀਤੇ ਜਾਂਦੇ ਨੇ, ਪਰ ਵੈਪਨ ਇੱਕ ਵੀ ਰਿਕਵਰ ਨਹੀਂ ਹੋਇਆ। ਰਾਮ ਰਹੀਮ ਸਾਜਿਸ਼ ਕਰਤਾ ਤੇ ਇੱਕ ਹੋਰ ਬੰਦੇ ਨੂੰ ਬਰੀ ਕਰਤਾ ਸੀ, ਲੇਕਿਨ ਹੁਣ ਸੁਪਰੀਮ ਕੋਰਟ ਮਾਮਲਾ ਪਹੁੰਚਿਆ। ਸ਼ਬਦਿਲ ਮੇਨ ਅਕਿਊਜ਼ ਸੀ ਜਿਹਦਾ ਤੁਸੀਂ ਕੇਸ ਲੜਿਆ ਸੀ। ਦੇਖੋ ਗੱਲ ਇਹ ਹੈ, ਮਈ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਵਿੱਚ ਰਣਜੀਤ ਮਰਡਰ ਕੇਸ 'ਚ ਜਿੰਨੇ ਵੀ ਅਕਿਊਜ਼ ਸੀਗੇ ਉਹਨਾਂ ਨੂੰ ਹਾਈ ਕੋਰਟ ਨੇ ਐਕੁਇਟਲ ਕਰਤੀ ਸੀਗੀ ਤੇ ਉਹ ਬਹੁਤ ਡਿਟੇਲਡ ਜੱਜਮੈਂਟ ਆਈ ਸੀਗੀ। ਹੁਣ ਡਿਸੀਡ ਰਣਜੀਤ ਸਿੰਘ ਦੇ ਬੇਟੇ ਨੇ ਸੁਪਰੀਮ ਕੋਰਟ 'ਚ ਉਸ ਆਰਡਰ ਨੂੰ, ਹਾਈ ਕੋਰਟ ਦੇ ਨੂੰ ਐਕੁਇਟਲ ਵਾਲੇ ਨੂੰ ਚੈਲੰਜ ਕੀਤਾ, ਜਿਹਦੇ ਵਿੱਚ ਨੋਟਿਸ ਹੋ ਗਿਆ ਤੇ ਚਾਰ ਹਫ਼ਤਿਆਂ ਦਾ ਸੁਪਰੀਮ ਕੋਰਟ ਨੇ ਰਿਸਪੌਂਸ ਦੇਣ ਲਈ ਨੋਟਿਸ ਇਸ਼ੂ ਕੀਤਾ। ਤੇ ਇਹਦੇ ਵਿੱਚ ਦੇਖੋ 10/7/2002 ਨੂੰ ਮਰਡਰ ਹੋਇਆ ਸੀ ਰਣਜੀਤ ਦਾ। ਸਾਰਿਆਂ ਨੂੰ ਪਤਾ ਵੀ ਬਹੁਤ ਲੰਬਾ ਸਮਾਂ ਟ੍ਰਾਇਲ ਚੱਲੀ, ਇਨਵੈਸਟੀਗੇਸ਼ਨ ਚੱਲੀ, ਪਰ ਇਹਦੇ ਵਿੱਚ ਟ੍ਰਾਇਲ ਕੋਰਟ ਨੇ ਖੁਦ ਮੰਨਿਆ ਸੀਗਾ ਆਪਦੀ ਜੱਜਮੈਂਟ 'ਚ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫਾਲਟੀ ਹੈ, ਇਮਪ੍ਰੋਪਰ ਹੈ, ਪ੍ਰੋਪਰ ਹੈ ਨਹੀਂ ਗੀ। ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਜਿਹੜੇ ਇਨਵੈਸਟੀਗੇਸ਼ਨ ਦੇ ਲਕੂਨੇ ਸੀਗੇ ਜਾਂ ਫਾਲਟ ਸੀਗੇ ਉਹ ਉਜਾਗਰ ਕੀਤੇ ਗਏ, ਜਿਹੜਾ ਮੇਰੇ ਕਲਾਇੰਟ ਸ਼ਬਦਿਲ ਕੋਲੇ ਜਿਹੜਾ ਵੈਪਨ ਅਲੈਜ ਕੀਤਾ ਗਿਆ ਸੀ ਉਹ ਵੈਪਨ 3 ਸਾਲ ਜੁਰਮ ਹੋਣ ਤੋਂ 3 ਸਾਲ ਪਹਿਲਾਂ ਹੀ ਉਹਨੇ ਆਪਣਾ ਮਾਨਸਾ ਕੋਰਟ ਜਮ੍ਹਾਂ ਕਰਾਤਾ ਸੀ ਜਿੱਥੋਂ ਉਹਨੂੰ ਇਸ਼ੂ ਹੋਇਆ ਸੀਗਾ। ਯਾਨੀ ਕਿ ਇਨਵੈਸਟੀਗੇਸ਼ਨ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਹੀ ਇਸ ਕੇਸ 'ਚ ਇੱਕ ਅਹਿਮ ਰੋਲ ਨਿਭਾਉਂਦੀ ਹੈ ਪੰਜਾਬ ਹਾਈਕੋਰਟ ਨੂੰ ਬਰੀ ਕਰਨ 'ਚ। ਬਿਲਕੁਲ, ਇਨਵੈਸਟੀਗੇਸ਼ਨ ਦੇ ਬੇਸ ਤੇ ਐਵੀਡੈਂਸ ਕਲੈਕਟ ਹੁੰਦਾ, ਇਨਵੈਸਟੀਗੇਸ਼ਨ ਨਾਲ ਹੀ ਕਿਸੇ ਵੀ ਕ੍ਰਾਈਮ ਨਾਲ ਕਿਸੇ ਵੀ ਅਕਿਊਜ਼ ਨੂੰ ਕਨੈਕਟ ਕੀਤਾ ਜਾਂਦਾ, ਪਰ ਇਹਦੇ ਵਿੱਚ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਹੀ ਪ੍ਰੋਪਰ ਹੈ ਨਹੀਂ ਸੀਗੀ ਜਾਂ ਕਹਿ ਲਓ ਵੀ ਲਾਪਰਵਾਹੀ ਵਰਤੀ ਗਈ। ਤੇ ਇਹਦੇ ਵਿੱਚ ਦੇਖੋ ਐਜ ਪਰ ਜੋਗਿੰਦਰ ਸਿੰਘ ਜੋ ਫਾਦਰ ਸੀਗੇ ਡਿਸੀਡ ਰਣਜੀਤ ਸਿੰਘ ਦੇ, ਉਹਨਾਂ ਦੇ ਮੁਤਾਬਕ FIR ਦੇ ਮੁਤਾਬਕ ਚਾਰ ਬੰਦੇ, ਦੋ ਇੱਕ ਦੇ ਖੇਤ ਚੋਂ ਗੰਨੇ ਦੇ ਖੇਤ ਚੋਂ ਇਧਰੋਂ ਤੇ ਦੋ ਇਧਰੋਂ ਆਉਂਦੇ ਨੇ, ਇਨਡਿਸਕ੍ਰਿਮਿਨਟਲੀ ਫਾਇਰਿੰਗ ਕਰਦੇ ਰਣਜੀਤ ਤੇ ਜਦੋਂ ਚਾਹ ਦੇਣ ਲਈ ਖੇਤ ਜਾ ਰਿਹਾ ਸੀਗਾ। ਤੇ ਇਹਦੇ ਵਿੱਚ ਚਾਰ ਅਕਿਊਜ਼ਡ ਅਲੈਜ ਕੀਤੇ, ਚਾਰ ਵੈਪਨ ਅਲੈਜ ਕੀਤੇ ਜਾਂਦੇ ਨੇ, ਪਰ ਵੈਪਨ ਇੱਕ ਵੀ ਰਿਕਵਰ ਨਹੀਂ ਹੋਇਆ। ਜਿਹੜਾ ਵੈਪਨ ਮੇਰੇ ਕਲਾਇੰਟ ਸ਼ਬਦਿਲ ਕੋਲੋਂ ਅਲੈਜ ਕੀਤਾ ਗਿਆ 0.455 ਬੋਰ ਦਾ ਜਿਹੜਾ ਰਿਵਾਲਵਰ ਸੀਗਾ ਉਹ ਆਲਰੇਡੀ ਉਹ 3 ਸਾਲ ਪਹਿਲਾਂ ਜਮ੍ਹਾਂ ਕਰਾ ਚੁੱਕਾ ਤੇ ਉਹਨੂੰ ਇਸ਼ੂ ਹੋਇਆ ਤੇ ਉਹ 97 ਚ ਤੇ 99 ਚ ਉਹਨੇ ਜਮ੍ਹਾਂ ਕਰਾਤਾ। ਮਰਡਰ ਹੁੰਦਾ 2002 ਦੇ ਵਿੱਚ। ਜੋਸ਼ੀ ਜੀ ਗੱਲ ਇਹ ਕਿ ਮਰਡਰ ਦਾ ਹੋਇਆ, ਮਰਡਰ ਕਿਹਨੇ ਕੀਤਾ, ਔਰ ਤੁਸੀਂ ਕਹਿ ਰਹੇ ਹੋ ਸ਼ਬਦਿਲ ਕੋਲ ਜਿਹੜਾ ਵੈਪਨ ਦਿਖਾਇਆ ਗਿਆ ਉਹ ਪਹਿਲੇ ਜਮ੍ਹਾਂ ਹੋਇਆ ਹੋਇਆ ਸੀ, ਹੁਣ ਕਿੰਨੇ ਅਕਿਊਜ਼ਡ ਰਹਿ ਗਏ ਆ ਜਿਨ੍ਹਾਂ ਨੂੰ ਇਹ ਨੋਟਿਸ ਹੋਇਆ ਕਿ ਜਿਹੜੇ ਬਰੀ ਹੋਈ ਸੀ, ਕਿਉਂਕਿ ਕਈਆਂ ਦੀ ਡੈਥ ਵੀ ਹੋਈ ਹੈ ਵੀ। ਹਾਂ, ਇਹਦੇ ਵਿੱਚ ਦੇਖੋ ਜਦੋਂ ਟ੍ਰਾਇਲ ਚੱਲੀ ਇਹਦੇ ਵਿੱਚ 6 ਬੰਦਿਆਂ ਦਾ ਚਲਾਨ ਕੀਤਾ ਗਿਆ ਸੀਗਾ CBI ਵੱਲੋਂ, ਜਿਹਦੇ ਵਿੱਚੋਂ ਕ੍ਰਿਸ਼ਨ ਲਾਲ ਦੀ ਡੈਥ ਹੋ ਗਈ ਜਿਹੜਾ ਅਕਿਊਜ਼ ਸੀਗਾ, ਜਸਵੀਰ ਦੀ ਡੈਥ ਹੋ ਗਈ, ਟ੍ਰਾਇਲ ਦੇ ਦੌਰਾਨ ਇੰਦਰ ਸੈਨ ਦੀ ਡੈਥ ਹੋ ਗਈ, ਤਿੰਨ ਦੀ ਡੈਥ ਹੋ ਗਈ, ਤਿੰਨ ਹੁਣ ਅਲਾਈਵ ਨੇ ਜਿਹੜੇ, ਜਿਹਦੇ ਵਿੱਚ ਅਵਤਾਰ ਸਿੰਘ ਤੇ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਇਹ ਕੌਨਸਪੀਰੇਸੀ ਦੇ ਅਕਿਊਜ਼ਡ ਅਲੈਜ ਕੀਤੇ ਗਏ ਸੀਗੇ, ਤੇ ਸ਼ਬਦਿਲ ਜਿਹੜਾ ਹੈਗਾ ਉਹ ਮਾਰਨ ਵਾਲਿਆਂ ਦੇ ਵਿੱਚ ਅਲੈਜ ਕੀਤਾ। ਇਹ ਕਿਹਾ ਸੀਗਾ ਕਿ ਰਾਮ ਰਹੀਮ ਦੇ ਕਹਿਣ ਤੇ ਮੁਤਾਬਿਕ ਸ਼ਬਦਿਲ ਤੇ ਅਵਤਾਰ ਉਹਨਾਂ ਨੇ ਇਹ ਪਲੈਨਿੰਗ ਮਰਡਰ ਦੀ ਪਲੈਨਿੰਗ ਅਸੀਂ ਗੋਲੀਆਂ ਚਲਾਈਆਂ ਇਹ ਗੱਲ ਹੈ ਵੀ 2002 ਚ ਮਰਡਰ ਹੋਇਆ, ਇਨਵੈਸਟੀਗੇਸ਼ਨ ਚੱਲਦੀ ਰਹੀ, ਪਹਿਲਾਂ ਹਰਿਆਣਾ ਪੁਲਿਸ ਨੇ ਕੀਤੀ, ਫਿਰ ਹਾਈਕੋਰਟ ਦੇ ਆਰਡਰ ਨਾਲ CBI ਨੇ ਕੀਤੀ। 6 ਸਾਲ ਬਾਅਦ ਖੱਟਾ ਸਿੰਘ ਦਾ ਬਿਆਨ ਇਹ ਆਉਂਦਾ
ਕਿ ਵੀ ਜਦੋਂ ਡੇਰੇ ਨੂੰ ਸ਼ੱਕ ਸੀਗਾ ਵੀ ਗੁੰਮਨਾਮ ਚਿੱਠੀ ਜਿਹੜੀ ਸੈਕਸੁਅਲ ਐਕਸਪਲਾਈਟੇਸ਼ਨ ਆਫ ਸਾਧਵੀ ਐਲੀਗੇਸ਼ਨ ਵਾਲੀ ਚਿੱਠੀ ਸੀਗੀ ਸਰਕੂਲੇਟ ਹੋਈ, ਉਹਦੇ ਪਿੱਛੇ ਆਪਣਾ ਰਣਜੀਤ ਦਾ ਹੱਥ ਸੀਗਾ, ਇਹ ਐਲੀਗੇਸ਼ਨ ਸੀਗੇ। ਤੇ ਉਹਦੇ ਚਲਦੇ ਖੱਟਾ ਸਿੰਘ ਦੇ ਬਿਆਨ ਦੇ ਮੁਤਾਬਕ ਜਿਹੜਾ 2004 ਸਾਲ ਬਾਅਦ ਉਹਨੇ ਬਿਆਨ ਦਿੱਤਾ ਕਿ ਵੀ ਜਦੋਂ ਨਾ ਮੰਨਿਆ ਡੇਰੇ ਤੋਂ ਮਾਫੀ ਮੰਗਣ ਤੋਂ ਤਾਂ ਬਾਬਾ ਹੋਲਡੇ ਮੀਟਿੰਗ ਉਹਦੇ ਵਿੱਚ ਆਹ ਬੰਦੇ ਬੈਠੇ ਸੀਗੇ ਅਤੇ ਬਾਬਾ ਨੇ ਨਿਰਦੇਸ਼ ਦਿੱਤੇ ਵੀ ਰਣਜੀਤ ਨੂੰ ਫਿਰ ਮਾਰ ਕੇ ਆਓ। ਯਾਨੀ ਕਿ ਹਾਈਕੋਰਟ ਨੇ ਜਿਹੜਾ ਬਰੀ ਕਰਨ ਦਾ ਆਰਡਰ ਸੀ ਉਹਦੇ ਵਿੱਚ ਇੱਕ ਤਾਂ ਹੈ ਕਿ ਵੈਪਨ ਨਹੀਂ ਹੋਇਆ ਮੈਚ, ਰਾਮ ਰਹੀਮ ਸਾਜਿਸ਼ਕਰਤਾ ਸਾਬਿਤ ਨਹੀਂ ਹੋਇਆ, ਤਾਂ ਇਹੀ ਮੇਨ ਪੁਆਇੰਟ ਰਹੇ ਵੀ ਹਾਈਕੋਰਟ ਨੂੰ ਬਰੀ ਕਰਨਾ ਪਿਆ। ਹੁਣ ਸੁਪਰੀਮ ਕੋਰਟ ਚਲੋ ਅੱਗੇ ਚੱਲੇਗਾ, ਨੋਟਿਸ ਹੋਏ ਕਿਵੇਂ ਚੱਲਦਾ ਬਾਅਦ ਦੀ ਗੱਲ ਹੈ। ਦੇਖੋ ਹੈ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਹਾਈਕੋਰਟ ਅੱਗੇ ਰੱਖੀਆਂ ਸੀਗੀਆਂ। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਦੋ ਆਈ ਵਿਟਨੈਸ ਅਲੈਜ ਕੀਤੇ ਗਏ ਨੇ, ਇੱਕ ਤਾਂ ਜਗਿੰਦਰ ਸਿੰਘ ਦਸੀਤ ਦਾ ਪਿਤਾ ਤੇ ਦੂਸਰਾ ਸੁਖਦੇਵ ਸਿੰਘ, ਉਹ PW6 ਤੇ PW9 ਦੋ ਇੰਪੋਰਟੈਂਟ ਗਵਾਹ ਨੇ। ਹੁਣ ਜਗਿੰਦਰ ਸਿੰਘ ਜਦੋਂ ਮਰਡਰ ਹੋ ਜਾਂਦਾ, ਇਮੀਡੀਏਟਲੀ ਆਫਟਰ ਮਰਡਰ ਇਹ ਕਹਿੰਦਾ ਵੀ ਮੇਰੇ ਪਿੰਡ ਦੇ ਸਰਪੰਚ ਰਾਮ ਸਿੰਘ ਤੇ ਰਾਮ ਕੁਮਾਰ ਨੇ ਮੇਰੇ ਬੇਟੇ ਦਾ ਮਰਡਰ ਕਰਿਆ, ਮੈਨੂੰ ਪੱਕਾ ਯਕੀਨ ਹੈ। ਇਹ FIR ਚ ਉਹ ਕਹਿੰਦਾ ਆਈ ਵਿਟਨੈਸ, ਮਗਰ ਉਹ ਆਈ ਵਿਟਨੈਸ ਬਣਦਾ ਵੀ ਇਹਨਾਂ ਨੇ ਮਰਡਰ ਕੀਤਾ। ਇਹ ਬਹੁਤ ਵੱਡਾ ਲਕੂਨਾ ਵੀ FIR ਸਾਡੇ ਕਲਾਇੰਟ ਦਾ ਕਿਤੇ ਨਾਂ ਨੀ, ਡੇਰੇ ਦੇ ਹੀ ਨਾਂ ਨੀ ਸੀਗਾ FIR ਸ਼ੁਰੂ ਚ, ਬਾਅਦ ਕੀਤਾ ਗਿਆ। ਹਾਂ, ਉਦੋਂ ਬਾਅਦ 4/10/2002 ਨੂੰ ਉਹਨੇ ਹਾਈਕੋਰਟ ਨੂੰ ਪੱਤਰ ਲਿਖਿਆ, ਉਦੋਂ ਸਾਡਾ ਕਿਤੇ ਨਾਂ ਥੇ ਨਹੀਂ ਸੀ। ਉਦੋਂ ਬਾਅਦ ਉਹਨੇ 24/8/2002 ਨੂੰ ਹਰਿਆਣਾ ਪੁਲਿਸ ਕੋਲੇ ਆਪਦਾ ਅਮੈਂਡਡ ਸਟੇਟਮੈਂਟ ਰਿਕਾਰਡ ਕਰਾਇਆ, ਉਦੋਂ ਸਾਡਾ ਨਾਂ ਨਹੀਂ ਸੀ। ਉਦੋਂ ਬਾਅਦ 11ਵੇਂ ਮਹੀਨੇ 'ਚ ਜਾ ਕੇ ਉਹ ਸਾਡਾ ਰੈਫਰੈਂਸ ਕਿਤੇ ਆਉਂਦਾ, ਫਿਰ ਸਾਨੂੰ ਪੁਲਿਸ ਅਰੈਸਟ ਕਰਦੀ ਹੈ। ਹੁਣ 4 ਹਫ਼ਤੇ ਬਾਅਦ ਚਲੋ ਸੁਪਰੀਮ ਕੋਰਟ 'ਚ ਨੋਟਿਸ, ਤੁਹਾਨੂੰ ਕੀ ਲੱਗਦਾ ਸ਼ਬਦਿਲ, ਤੁਹਾਡਾ ਜਿਹੜਾ ਤੁਸੀਂ ਮੇਨ ਅਕਿਊਜ਼ਡ ਹੈ ਸ਼ਬਦਿਲ ਨੂੰ ਕਹਿੰਦੇ ਹੋ, ਇਹ ਤਾਂ ਫਿਰ ਲਕੂਨਾ ਉੱਥੇ ਵੀ ਆ ਕੇ ਜਾ ਕੇ ਆਧਾਰ ਬਣੂ, ਜੋ ਰਿਕਾਰਡ 'ਚ ਕਮੀਆਂ ਨੇ। ਦੇਖੋ ਜੋ ਲਾਦਾ ਹੈ ਪ੍ਰੋਸੈਸ ਵੀ 100 ਬੰਦਾ ਭਾਵੇਂ ਛੁੱਟ ਜੇ ਪਰ ਕਿਸੇ ਇਨੋਸੈਂਟ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਬੈਨੀਫਿਟ ਆਫ ਡਾਊਟ ਵਾਲੀ ਸਿਚੁਏਸ਼ਨ ਹੈ ਬਹੁਤ ਜ਼ਿਆਦਾ, ਅਤੇ ਪ੍ਰੋਪਰ ਇਨਵੈਸਟੀਗੇਸ਼ਨ ਨਾ ਹੋਣ ਕਰਕੇ ਅਤੇ ਗਵਾਹਾਂ ਦਾ ਜਿਹੜਾ ਡਿਲੇ ਤੋਂ ਬਾਅਦ ਬਿਆਨ ਦੇਣਾ, ਫਿਰ ਇਹਦੇ ਵਿੱਚ ਖੱਟਾ ਸਿੰਘ ਦਾ ਕੌਨਸਪੀਰੇਸੀ ਪਾਰਟ ਦੇ ਵਿੱਚ ਖੱਟਾ ਸਿੰਘ ਕੋਰਟ ਦੇ ਵਿੱਚ ਮੁੱਕਰ ਗਿਆ ਸੀ, 60 ਗਵਾਹ ਪ੍ਰੋਸੀਕਿਊਸ਼ਨ ਨੇ ਕਰਾਏ। ਖੱਟਾ ਸਿੰਘ ਦਾ 60 ਪੇਜ ਦਾ ਜਿਹੜਾ ਹੈਗਾ ਉਹ ਸਟੇਟਮੈਂਟ ਹੈ ਜਿਹਦੇ ਵਿੱਚ CBI ਨੇ ਉਹਨੂੰ ਕ੍ਰਾਸ ਐਗਜਾਮੀਨੇਸ਼ਨ ਕੀਤਾ, ਬਾਅਦ ਚੋਂ ਰੀਕਾਲ ਹੋ ਕੇ ਫਿਰ ਉਹ ਸਟੈਂਡ ਕਰਦਾ ਵਿਟਨੈਸ। ਇੱਦਾਂ ਉਦੋਂ ਪਹਿਲਾਂ ਵੀ ਉਹਦੇ ਹੈਗੇ ਨੇ ਚਾਂਸਿਸ ਵੀ ਕਦੇ ਕੁਛ ਕਹਿਣਾ ਕਦੇ ਕੁਛ ਕਹਿਣਾ। ਇਵੇਂ ਜ਼ਿਕਰੀ ਜਗਿੰਦਰ ਸਿੰਘ ਤੇ ਸੁਖਦੇਵ ਸਿੰਘ ਦੇ ਆਪਸ ਦੇ ਵਿੱਚ ਬਿਆਨ ਨੇ ਟਕਰਾ ਰਹੇ ਨੇ, ਜਿਵੇਂ ਜਗਿੰਦਰ ਸਿੰਘ ਕਹਿੰਦਾ ਇਮੀਡੀਏਟਲੀ ਆਫਟਰ ਡੈਥ ਅਸੀਂ ਉਹਨੂੰ ਚੱਕ ਕੇ ਹਸਪਤਾਲ ਲੈ ਕੇ, ਮੈਂ ਤੇ ਸੁਖਦੇਵ ਸਿੰਘ ਦੋਨਾਂ ਦੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ ਸੀ, ਉਹ ਨਾ IO ਨੂੰ ਦਿੱਤੇ ਨਾ IO ਨੇ ਮੰਗੇ, ਕਹਿੰਦਾ ਹੱਥੋਂ ਖੂਨ ਦਾ ਕੋਈ ਇਹੋ ਜਿਹਾ ਕੱਪੜਾ ਨਹੀਂ ਮਿਲਿਆ। ਇਵੇਂ ਜਿਕਰੀ ਉਹ ਕਹਿੰਦਾ ਸੁਖਦੇਵ ਸਿੰਘ ਸਾਡੇ ਨਾਲ ਗਿਆ ਸੀ ਜਦੋਂ ਅਸੀਂ ਹਸਪਿਟਲ ਲੈ ਕੇ ਗਏ ਇੰਜਰਡ ਡਿਸੀਜ਼ਡ ਨੂੰ, ਤੇ ਪਰ ਉਹ ਸੁਖਦੇਵ ਸਿੰਘ ਕਹਿੰਦਾ ਮੈਂ ਤਾਂ ਬਿਲਕੁਲ ਨਾਲ ਨਹੀਂ ਗਿਆ। ਇੱਦਾਂ ਬੜੇ ਮਤਲਬ ਇੰਪੋਰਟੈਂਟ ਲਕੂਨੇ ਇਹਦੇ ਚ ਤੇ ਡਿਸਕ੍ਰਿਪੈਂਸੀਆਂ ਤੇ ਇੰਪਰੂਵਮੈਂਟਾਂ ਸੀਗੀਆਂ ਜਿਹਦੇ ਕਰਕੇ ਹਾਈਕੋਰਟ ਨੇ ਬਰੀ ਕੀਤਾ। ਜੋਸ਼ੀ ਦੀ ਗੱਲ ਹੈ ਕਿ ਜਿਹੜਾ ਸ਼ਬਦਿਲ ਦੇ ਉੱਤੇ ਇਲਜ਼ਾਮ ਨੇ, ਸ਼ਬਦਿਲ ਦੀ ਸਟੇਟਮੈਂਟ ਦੀ ਗੱਲ ਕਰੀ ਹੈ, ਸ਼ਬਦਿਲ ਉਸ ਦਿਨ ਕਿੱਥੇ ਸੀ? ਸ਼ਬਦਿਲ ਗਨਮੈਨ ਦੀ ਆਪਦੀ ਡਿਊਟੀ ਕਰਦਾ ਸੀ, ਉਹ ਡੇਰੇ 'ਚ ਸੀਗਾ, ਉਹ ਤਾਂ ਉਹਦੀ ਐਬਸੈਂਟ ਲੱਗਣੀ ਚਾਹੀਦੀ ਹੈ, ਫਿਰ ਜੇ ਉਹ ਕਿਤੇ ਹੋਰ ਗਿਆ ਹੋਇਆ ਸੀਗਾ। ਉਹ ਤਾਂ ਸਰਕਾਰੀ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ, ਉਹਨੂੰ ਪੰਜਾਬ ਪੁਲਿਸ ਨੇ ਡਿਪਿਊਟ ਕੀਤਾ ਮਾਨਸਾ ਡੇਰੇ ਤੋਂ ਸਰਸਾ ਡੇਰੇ ਡੇਰਾ ਮੁਖੀ ਦੇ ਨਾਲ, ਤੇ ਉਹਦਾ ਤਾਂ ਕੋਈ ਤਲਕ ਹੀ ਨਹੀਂ, ਉਹਦਾ ਕੋਈ ਮੋਟਿਵ ਹੀ ਨਹੀਂ ਹੈਗਾ, ਉਹਦਾ ਕੀ ਦੁਸ਼ਮਣੀ ਉਹਦੇ ਨਾਲ ਡਿਸੀਜ਼ ਨਾ ਮਾਰਨ ਦੀ, ਇਸ ਕਰਕੇ ਜਿਹੜਾ ਉਹਨਾਂ ਦਾ ਕੋਈ ਮੋਟਿਵ ਨਹੀਂ ਸੀਗਾ। ਤੇ ਜਦੋਂ ਮਾਰਨ ਵਾਲੇ ਮਾਰਨ ਵਾਲੇ ਉਸ ਦਿਨ ਉਹਦੀ ਡੇਰੇ 'ਚ ਦਿਖਾਈ ਗਈ ਡਿਊਟੀ ਜਾਂ ਕੀ ਸੀਗਾ ਉੱਥੇ?
ਇਹ ਤੇ ਇਨਵੈਸਟੀਗੇਸ਼ਨ ਤੇ ਕੁਝ ਗੱਲ ਹੀ ਨਹੀਂ ਆ ਰਹੀ ਹੈ। ਬਿਲਕੁਲ ਇਹੀ ਤਾਂ ਕਮੀਆਂ ਨੇ ਇਨਵੈਸਟੀਗੇਸ਼ਨ ਚ। ਰਿਵਾਲਵਰ ਦੇ ਰਜਿਸਟਰ ਚੈੱਕ ਨਹੀਂ ਕੀਤੇ, ਰਜਿਸਟਰ ਕਨਫਿਊਜ਼ ਸਿਚੁਏਸ਼ਨ ਚ ਰਹੀ। ਉੱਥੇ SSP ਦਾ ਲੈਟਰ ਆਇਆ ਸੀ, ਉਹਦਾ ਟ੍ਰਾਇਲ ਕੋਰਟ ਨੇ ਬਿਲਕੁਲ ਰੈਫਰ ਨਹੀਂ ਕੀਤਾ। ਉਹ SSP ਨੇ ਕਲੀਅਰ ਕਿਹਾ ਵੀ ਇਹ ਵੈਪਨ ਜਿਹੜਾ ਅਲੈਜ ਕਰ ਰਹੇ ਨੇ ਜਿਹਦੇ ਚਾਰਜ ਫਰੇਮ ਕਰ ਰਹੇ ਸ਼ਬਦਲ ਦੇ ਖਿਲਾਫ, ਉਹ ਤਾਂ ਆਲਰੇਡੀ ਉਹਨੇ 99 ਜਮ੍ਹਾਂ ਕਰਾਤੇ ਦੀ ਮਰਡਰ ਹੁੰਦਾ 2002 ਚ। ਜਿਹੜੇ ਵੈਪਨ ਯੂਜ਼ ਕੀਤੇ ਗਏ ਉਹ ਵੀ ਤਾਂ ਬਰਾਮਦ ਕੀਤੇ, ਉਹ ਕੋਈ ਵੀ ਵੈਪਨ ਨਹੀਂ ਬਰਾਮਦ ਹੋਇਆ। ਇਹ ਐਲੀਗੇਸ਼ਨ ਸੀ ਵੀ ਉਹ ਮਾਰਨ ਤੋਂ ਬਾਅਦ ਵੈਂਗਨਾਰ ਕਾਰ ਚ ਚਲੇ ਗਏ, ਵੈਂਗਨਾਰ ਕਾਰ ਨਹੀਂ ਬਰਾਮਦ ਹੋਈ, ਬੰਦੇ ਪੂਰੇ ਨਹੀਂ ਹੈਗੇ। ਹਾਂ, ਇਨਵੈਸਟੀਗੇਸ਼ਨ ਜਾਣੀ ਲੈਵਲ 0 ਲੈਵਲ ਹੈ।